ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋਤਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਅੱਜ ਦੀ ਵੀਡੀਓ ਜਨਾਬ ਵਾਚ ਸਬਸਕ੍ਰਾਈਬਰ ਦੀ। ਇਹ ਸਾਡੇ ਪਿਆਰੇ ਭਾਈ ਨੇ ਲਾਹੌਰ ਤੋਂ ਤਸ਼ਰੀਫ ਲੈ ਆਏ ਨੇ ਜਨਾਬ ਸਾਡੇ ਕੋਲੋਂ। ਮੱਝ ਇਹਨਾਂ ਨੂੰ ਲੈ ਕੇ ਦਿੱਤੀ ਹੈ। ਮੱਝ ਵੀਡੀਓ 'ਤੇ ਨਹੀਂ ਲੱਗੀ ਸੀ, ਇਵੇਂ ਹੀ ਭਾਈ ਹੋਰਾਂ ਨੂੰ ਫਿਰਾ ਟੁਰਾ ਕੇ ਜਿਹੜੀ ਭਾਈ ਹੋਰਾਂ ਨੂੰ ਪਸੰਦ ਆਈ ਹੈ ਉਹ ਮੱਝ ਜਨਾਬ ਲੈ ਕੇ ਦਿੱਤੀ ਹੈ। ਹੁਣ ਮੱਝ ਹੋ ਚੱਲੀ ਹੈ ਲੋੜ, ਅੱਲਾ ਪਾਕ ਇਹਨਾਂ ਦੇ ਨਸੀਬ ਕਰੇ। ਭਾਈ ਹੋਰਾਂ ਦੇ ਨਾਲ ਕਰਨੇ ਆ ਗੱਲਾਂ ਸਾਂਝੀਆਂ, ਕੀ ਗੱਲ ਹੈ ਸਾਰੀ ਉਹ ਤੁਹਾਡੇ ਸਾਹਮਣੇ ਆ ਜਾਣੀ। ਅਸਲਾਮ ਵਾਲੇਕੁਮ ਖਾਨ ਸਾਹਿਬ, ਕੀ ਹਾਲ ਚਾਲ ਹੈ? ਤਬੀਅਤ ਸਿਹਤ ਠੀਕ ਹੈ? ਕੈਮਰੇ ਵਿੱਚ ਤੁਸੀਂ ਬੋਲਣਾ ਹੈ, ਆਪਣਾ ਨਾਮ ਦੱਸਣਾ ਹੈ। ਕੀ ਨਾਮ ਹੈ ਭਾਈ ਦਾ? ਮੇਰਾ ਨਾਮ ਤੈਮੂਰ ਖਾਨ ਹੈ। ਕਿਹੜੀ ਜਗ੍ਹਾ ਤੋਂ ਤਸ਼ਰੀਫ ਲੈ ਕੇ ਆਏ ਹੋ? ਹਰਬੰਸਪੁਰੇ ਤੋਂ ਆਇਆ, ਗੁਜਰਾਂ ਦੇ ਵਾੜੇ ਤੋਂ। ਲਾਹੌਰੋਂ ਹਰਬੰਸਪੁਰਾ ਗੁਜਰਾਂ ਦਾ ਵਾੜਾ, ਗੁਜਰਾਂ ਦਾ ਲਾਏ ਉੱਥੇ ਬੜੇ ਤੁਰੇ ਫਿਰੇ ਜਨਾਬ। ਰਾਤੀ ਤੁਸੀਂ ਆਏ ਹੋ ਸਾਡੇ ਕੋਲ ਇਸੇ ਤਰ੍ਹਾਂ ਨਾਲ, ਸਵੇਰ ਤੋਂ ਲੈ ਕੇ ਹੁਣ ਤੱਕ ਫਿਰਦੇ ਰਹੇ। ਫਿਰ ਜਿਹੜੀ ਤੁਹਾਨੂੰ ਮੱਝ ਪਸੰਦ ਆਈ ਹੈ? ਹਾਂ ਮਾਸ਼ਾਅੱਲਾ, ਮੱਝ ਜਿਹੜੀ ਤੁਸੀਂ ਪਸੰਦ ਕੀਤੀ ਉਹ ਹੀ ਲੈ ਕੇ ਦਿੱਤੀ ਹੈ। ਇਸੇ ਤਰ੍ਹਾਂ ਨਾਲ ਪਿਆਰ ਕਰਵਾਇਆ ਹੈ ਭਾਈ ਹੋਰਾਂ ਦੇ ਕੋਲੋਂ ਜਿਨ੍ਹਾਂ ਕੋਲ ਆਪਾਂ ਮੱਝ ਲਈ ਹੈ। ਇਸੇ ਤਰ੍ਹਾਂ ਨਾਲ ਗੱਲਾਂ ਤੁਹਾਨੂੰ ਸਮਝਾਈਆਂ ਤਾਂ ਨਹੀਂ ਹਨ ਜਾਂ ਇੰਜ ਤੁਸੀਂ ਕਰਨੀਆਂ ਨੇ, ਇੰਜ ਕਰਨੀਆਂ ਨੇ? ਇਸੇ ਜਿਵੇਂ ਮੈਂ ਗੱਲ ਕਰ ਰਿਹਾ ਠੀਕ ਹੈ? ਨਹੀਂ ਜ਼ਬਰਦਸਤ, ਜਿਹੜੀ ਤੁਹਾਨੂੰ ਮੱਝ ਪਸੰਦ ਉਹ ਹੀ ਲੈ ਕੇ ਦਿੱਤੀ ਹੈ। ਸਾਡੇ ਦੇ ਖੁਸ਼ ਹੋ, ਰਾਜ਼ੀ ਹੋ ਜੀ? ਬਿਲਕੁਲ। ਕੰਨਾ ਤਾਂ ਜਾਂ ਐਵੇਂ ਉੱਤੂ ਉੱਤੂ ਕੀਤੀ ਜਾਂਦੇ? ਨਹੀਂ ਨਹੀਂ, ਬਿਲਕੁਲ ਦਿਲੋਂ ਇਨਸ਼ਾਅੱਲਾ, ਫੇਰ ਹੀ ਮਿਲਾਂਗੇ ਇਨਸ਼ਾਅੱਲਾ ਅੱਗੇ। ਤੁਸੀਂ ਅਗਰ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਈ ਹੋਰੀ ਅਗਰ ਫਿਰ ਵੀ ਕੋਈ ਮੱਝ ਲੈਣਾ ਚਾਹੋ ਇਨਸ਼ਾਅੱਲਾ ਤੁਸੀਂ ਹੋਤਾ ਪੰਜਾਬ ਟੀਵੀ ਮੱਝ ਜ਼ਰਾ ਵਿਖਾ ਦਿਓ, ਕਹੋਗੇ ਇਸੇ ਤਰ੍ਹਾਂ ਮੱਝ ਜ਼ਰਾ ਲੈ ਆਵੇ। ਬਾਕੀ ਕੈਮਰਾ ਮੈਨ ਸਾਹਿਬ ਮੱਝ ਦੀ ਤਸਲੀ ਕਰਵਾ ਲੈਣੀ ਹੈ। ਮੱਝ ਦੇ ਪਿੱਛੇ ਜਨਾਬ ਕੱਟਾ ਹੈ ਬੂਰੇ ਰੰਗ ਦਾ, 5 ਕਿਲਿਆਂ ਕੱਟਾ ਹੈ। ਮੱਝ ਤੁਹਾਡੀ ਅੱਖਾਂ ਦੇ ਸਾਹਮਣੇ ਹੈ। ਭਾਈ ਹੋਰਾਂ ਨੇ ਜਨਾਬ ਚੋ ਕੇ ਆਪਣੀ ਪਾਸ ਕਰਕੇ ਫਿਰ ਲਿਜਾ ਰਹੇ ਨੇ। ਖਾਨ ਸਾਹਿਬ ਆਪ ਫੜ ਲਓ ਯਾਰ, ਪਹਿਲੇ ਕੱਟਾ ਆ ਕੇ ਲਾਓ। ਉਮੀਦ ਬੜੀ ਹੈ ਅੱਜ ਦੀ ਵੀਡੀਓ ਭਾਈਆਂ ਨੂੰ ਪਸੰਦ ਆਣੀ ਹੈ। ਵੀਡੀਓ ਪਸੰਦ ਆਏ ਹਮੇਸ਼ਾ ਦੀ ਤਰ੍ਹਾਂ ਲਾਈਕ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਅਗਾਹ ਕਰਨਾ। ਮੈਨੂੰ ਦਿਓ ਇਜਾਜ਼ਤ, ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਲੈ ਕੇ ਆ ਰਹਾਂਗਾ। ਅੱਲਾਹ।